ਹਾਂਜੀ ਬਬੋ ਕਰਦੇ ਆਂ ਸਵਾਗਤ ਜੀ ਤੁਹਾਡੇ ਆਦੇ YouTube ਚੈਨਲ ਟਰੈਕਟਰ ਸ਼ਿਲ ਮਹਿਕਮੇ ਉੱਤੇ ਜਿਹੜਾ ਹੈ ਵੀ ਭਰਾ ਆਪਣੇ ਚੈਨ ਤੇ ਨਵੇਂ ਆਇਆ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲਟ ਕਰ ਦਿਓ ਸੈੱਟ ਤਾਂ ਕਿ ਨੰਤਨੋ ਵੀਡੀਓ ਸਾਨੂੰ ਸਭ ਤੋਂ ਪਹਿਲਾਂ ਚੈਨ ਤੇ ਮਿਲਦੀ ਰਹਣ ਤੇ ਅੱਜ ਆਪਾਂ ਸ਼ੇਰ ਵਾਸਤੇ ਕਾਫੀ ਟਰੈਕਟਰ ਲੈ ਕੇ ਆਏ ਆਂ ਤੇ ਸਭ ਤੋਂ ਪਹਿਲਾਂ ਸਾਡਾ ਹੈਲਪਲਾਈਨ ਨੰਬਰ ਕਰੋ ਨੋਟ ਇਸ ਤੇ ਪੰਜ ਤੋਂ ਛੇ ਫੋਟੋਆਂ ਭੇਜ ਕੇ ਤੇ ਇਨਫੋਰਮੇਸ਼ਨ ਭੇਜ ਕੇ ਕਿਸੇ ਵੀ ਸ਼ਾਂਦੀ ਏਡ ਫ੍ਰੀ ਵੀ ਚੈਨਲ ਤੇ ਲਵਾ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਕਰਦੇ ਆਂ ਅੱਜ ਆਪਾਂ ਸਵਰਾਜ 852 ਦੀ ਜੇਸਤਾ ਜੋ ਮਾਡਲ ਹੈ 2004 ਮਾਹੌਲਾ ਟਰੈਕਟਰ ਦਾ ਜੇ ਆਪ ਇਹਦੇ ਟਾਈਨ ਦੀਆ ਕਰੀਏ 7075 ਪੈਸੇ ਦੇ ਟਾਇਰ ਪੈਣੇ ਬਾਡੀ ਚੈਕ ਦਰਾ ਮਗਰਾਟਾ ਰੰਗ ਸਾਰ ਨਾਲ ਦਾ ਇੱਕ ਦੀ ਵੀ ਦਵਾ ਰੰਗ ਪਿੱਟ ਨਹੀਂ ਹੋਇਆ ਹੋਇਆ ਹੈਵੀ ਬੰਪਰ ਹੁੱਡ ਡੰਡਾ ਡਰਾਵਲ ਨਾਲਾ ਟਰੈਕਟਰ ਦੇ ਤੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫਲੋਕ ਕੇ ਗੰਬੇਸ਼ੀਨ ਕੋਈ ਪਾਰਟ ਚੇਨ ਨਹੀਂ ਹੋਕਰ ਪਿਆ ਨਹੀਂ ਭਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਐਟਰ ਪਿਆ ਹੈ ਤੇ 540 ਚੱਕਰ ਦੀ ਵੀਡੀਓ ਟਰੈਕਟਰ ਦੀ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟ ਹੈਡ ਡਰਾਈਵ ਕਰਕੇ ਟਰੈਕਟਰ ਖੀਸਾ ਦੇਓ ਤੇ ਜੇ ਆਪਾਂ ਹੀ ਡਿਮਾਂਡ ਦੀ ਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਰਡ ਰੱਖੀ ਗਈ ਹੈ 2,70,000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬੋਦੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਦਿਖੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਤੇ ਮਾਲਕ ਵੀਰ ਹੁਣੀਆਂ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਇਹ ਰਿਹਾ ਮਾਲਕ ਵੀਰ ਹੁਣੀਆਂ ਦਾ ਸਮਰਾਲਾ ਤੇ ਅੱਗੇ ਆਪਾਂ ਕਰਦੇ ਆ ਨਿਊ ਹੋਲੈਂਡ 330 ਸਪੈਸ਼ਲ ਐਡੀਸ਼ਨ ਪਲੱਸ ਦੀ ਜਿਸ ਤਰ੍ਹਾਂ ਜੋ ਮਾਡਲ ਹੈ 2018 ਮਾਹੌਲ ਟਰੈਕਟਰ ਦਾ ਆਰਸੀ ਬੁੱਕ ਟਰੈਕਟਰ ਦੀ 2019 ਦੀ ਹੈ ਤੇ ਜੇ ਆਪਾਂ ਇਹ ਟਾਈਮ ਦੀ ਆ ਕਰੀਏ 90 95 ਪੈਸੇ ਦੇ ਟਾਇਰ ਪਾਉਣੇ ਕੁੱਲ 600 ਘੰਟੇ ਟਰੈਕਟਰ ਚੱਲਿਆ ਹੋਇਆ ਹੈ ਪਾਵਰ ਸਟੀering ਹੈਵੀ ਬੰਪਰ ਫਾਈਬਰ ਹੁੱਡ ਮਿਊਜ਼ ਸਿਸਟਮ ਬਾਰੇ ਮਾਲਕ ਨੂੰ ਕਨਫਰਮ ਕਰ ਸਕਦੇ ਹਾਂ ਡੰਡਾ ਡਰਾਵਲ ਨਾਲ ਹੈ ਤੇ ਬਾਡੀ ਚਾਹ ਜਦ ਰੰਗ ਗਰਾਟਾ ਰੰਗਸਾਰ ਨਾਲ ਦਾ ਕਿਤੇ ਵੀ ਦੁਬਾਰਾ ਰੰਗ ਪੇਟ ਨਹੀਂ ਹੋਇਆ ਹੋਇਆ ਤੇ ਇੰਜਨ ਗੇਅਰ ਲੈਫਟ ਪੰਪ ਦਾ ਟਰੈਕਟਰ ਫਲੋਕਿਕ ਗੰਬੇਸ਼ਨ ਨਹੀਂ ਕੋਈ ਪਰ ਟੈਸਟ ਚੇ ਨਹੀਂ ਹੋਇਆ ਕੋ ਰਿਪੇਅਰ ਨਹੀਂ ਭਾਲਦਾ ਫੁੱਲ ਟਾਪ ਕਲਾਸ ਕੰਡੀਸ਼ਨ ਦੇ ਵਿੱਚ ਐ ਰੁਪਿਆ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਜਲਾਕੇ ਟਾਇਰ ਡਰਾਈਵ ਕਰਕੇ ਟਰੈਕਟਰ ਖੀਸਾਦੇ ਪੰਜਾਬ ਨੰਬਰ ਟਰੈਕਟਰ ਹੈ ਤੇ ਜੇ ਆਪੇ ਹੀ ਡਿਮਾਂਡ ਦੀ ਹੈ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 685000 ਰੁਪਿਆ ਜੋ ਕਿ ਮੌਕੇ ਦੇ ਥੋੜਾ ਬੋਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਦਿਓ ਤੇ ਮਾਲਕ ਵੀਰ ਹੁਣੇ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦਾ ਟਰੈਕਟਰ ਬਾਰੇ ਤੇ ਫਰੀਦਕੋਟ ਏਰੀਆ ਮਾਲਕ ਵੀਰ ਹੁਣੀਆਂ ਦਾ ਤੇ ਅੱਗੇ ਆਪਾਂ ਕਰਦੇ ਹਾਂ ਮਹਿੰਦਰਾ 475 DI ਦੀ ਜਿਸ ਦਾ ਜੋ ਮਾਡਲ ਹੈ 2002 ਮੋਹਰ ਦਾ ਟਰੈਕਟਰ ਦਾ ਜੇ ਆਪ ਇਹਦੇ ਟਾਈਨ ਦੀਆ ਕਰੀਏ ਬਿਲਕੁਲ ਨਿਊ ਕੰਡੀਸ਼ਨ ਦੇ ਵਿਚਾਰ ਦੇ ਟਾਇਰ ਪਏ ਨੇ ਹੈਵੀ ਬੰਪਰ ਨਾਲਾ ਟਰੈਕਟਰ ਦੇ ਬਾਡੀ ਚਸ ਦੇ ਰਾਮ ਗਰਾਟਾ ਰੰਗਸ ਨਾਲ ਦਾ ਕਿਤੇ ਵੀ ਦੁਬਾਰਾ ਰੰਗ ਪੇਟ ਨਹੀਂ ਹੋਆ ਹੋਇਆ ਤੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੋ ਲੋਕੇ ਕੋਈ ਕੰਪੀਸ਼ਨ ਨਹੀਂ ਕੋਈ ਪਰਟ ਚਾਹੀਏ ਨਹੀਂ 1 ਰੁਪਿਆ ਨਹੀਂ ਭਾਲ ਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਹੈ 8 ਰੁਪਿਆ ਤੇ ਜਿਹੜਾ ਇਹ ਵੀ ਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਜਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾ ਦਿਓ ਤੇ ਜੇ ਆਪੇ ਹੀ ਡਿਮਾਂਡ ਦੀ ਹੈ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 215000 ਰੁਪਿਆ ਜੋ ਕਿ ਮੌਕੇ ਦੇ ਥੋੜਾ ਬਾਟੀਲੈਸ ਹੋਵੇਗਾ ਤੇ ਕੰਟੈਕਟ ਨੰਬਰ نیچے ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਹੋਰ ਜਾਣਕਾਰੀ ਲੈਣੀ ਹੋਵੇ ਮਾਲਕ ਵੀ ਹੋਣੀਆਂ ਤਾਂ ਉਹ ਵੀ ਲੈ ਸਕਦੇ ਹੋ ਬਠਿੰਡਾ ਏਰੀਆ ਮਾਲਕ ਵੀ ਹੋਣੀਆਂ ਦਾ ਤੇ ਅੱਗੇ ਆਪਾਂ ਕਰਦੇ ਹਾਂ ਸੋਨਾ ਲਿਕਾ 60 DI ਦੀ ਜਿਸ ਤਰ੍ਹਾਂ ਇਹ ਮਾਡਲ ਹੈ 2008 ਮਾਹੌਲਾ ਟਰੈਕਟਰ ਦਾ ਜੇ ਆਪੇ ਦੇ ਟਾਈਮ ਦੀਆ ਕਰੀਏ 30-35% ਦੇ ਟਾਇਰ ਪੈਣੇ ਹੈਵੀ ਬੰਪਰ ਨਾਲ ਹੈ ਬਾਡੀ ਚਾਸਿਸ ਦਾ ਰਾਮ ਗਰਾਟਾ ਰੰਗਸਰ ਨਾਲ ਦਾ ਇੱਕ ਵੀ ਦੁਬਾਰਾ ਰੰਗ ਪਿੱਟ ਨਹੀਂ ਹੋਇਆ ਹੋਇਆ ਤੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੋ ਲੋਕ ਹੈ ਕੋਈ ਕੰਪੇਸ਼ ਨਹੀਂ ਕੋਈ ਪਾਰਟਸ ਚੇਨ ਨਹੀਂ ਹੱਕ ਰਿਪੇਅਰ ਨਹੀਂ ਭਾਅ ਦਾ ਫੁੱਲ ਵਧੀਆ ਕੰਡੀਸ਼ਨ ਦੇ ਵਿੱਚ ਐਟਰ ਪਿਆ ਤੇ ਇਹ ਚਾਰ ਨੰਬਰ ਦਾ ਟਰੈਕਟਰ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾ ਦੇ ਉੱਤੇ ਜੇ ਆਪੇ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 250000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬੋਤੀਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀ ਸਾਹਿਬ ਤੇ ਮਾਲਕ ਵੀਰ ਹੁਣੇ ਤੋਂ ਹੋਰ ਕੋਈ ਵੀ ਚੀਜ਼ ਟਰੈਕਟਰ ਬਾਰੇ ਕਨਫਰਮ ਕਰ ਸਕਦੇ ਹੋ ਤੇ ਹਰਿਆਣਾ ਸਟੇਟ ਦੇ ਵਿੱਚ ਇਸ ਟਾਈਮ ਟਰੈਕਟਰ ਖੜਿਆਗਾ ਤੇ ਅੱਗੇ ਆਪਾਂ ਕਾਲ ਕਰਦੇ ਹਾਂ ਸ਼ਕਤੀਮਾਨ 60 ELX ਦੀ ਜਿਸ ਤਰ੍ਹਾਂ ਇਹ ਮਾਡਲ ਹੈ 2014 ਮਾਹੌਲਾ ਟਰੈਕਟਰ ਦਾ ਜੇ ਆਪ ਇਹਦੇ ਟਾਈਮ ਦੀਆ ਕਰੀਏ ਨਾਲ ਦੇ ਟਾਇਰ ਨੇ ਟਰੈਕਟਰ ਦੇ ਬਾਡੀ ਚਾਸ ਦੇ ਰਾਮ ਗਰਾਟਾ ਰੰਗਸਾ ਨਾਲ ਦਾ ਕਿਤੇ ਵੀ ਦੁਆਰਾ ਰੰਗ ਫਿਰ ਨਹੀਂ ਹੋਇਆ ਹੋਇਆ ਤੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੋ ਲੋਕ ਇੱਕ ਕੰਪੀਸ਼ਨ ਨਹੀਂ ਕੋਈ ਪਾਰਟ ਐਕਸਟ ਨਹੀਂ ਹੋਇਆ ਕੋ ਰਿਪੇਅਰ ਨਹੀਂ ਭਾਲ ਦਾ ਫੁੱਲ ਬਧੀਆ ਕੰਡੀਸ਼ਨ ਦੇ ਵਿੱਚ ਹੈਟਰ ਪਿਆ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਚਾ ਦੇ ਚੰਡੀਗੜ੍ਹ ਦਾ ਨੰਬਰ ਹੈ ਟਰੈਕਟਰ ਦਾ ਤੇ ਜੇ ਆਪੇ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 375000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ نیچے ਸਕਰੀਨ ਦੇ ਉੱਤੇ ਦਿਖੂ ਹੋ ਰਿਹਾ ਹੈ ਇਸਤੇ ਕਾਲ ਕਰਕੇ ਦੂਸਰੇ ਟਰੈਕਟਰ ਖੀਸਾ ਦੇ ਮਾਲਕ ਵੀਰ ਹੁਣੇ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦਾ ਟਰੈਕਟਰ ਬਾਰੇ ਦੇਰੀ ਹੈਗੇ ਮਾਲਕ ਵੀਰ ਹੁਣੀਆਂ ਦਾ ਮੁਖਤ ਸਰ ਸਾਹਿਬ ਤੇ ਅੱਗੇ ਆਪਾਂ ਕਰਦੇ ਆ ਫਾਰਮਟ੍ਰੈਕ 60 ਦੀ ਜਿਸਦਾ ਇਹ ਮਾਡਲ ਹੈ 1999 ਮਾਲ ਦਾ ਟਰੈਕਟਰ ਦਾ ਜੇ ਆਪਦੇ ਟਾਇਰ ਦੀਆ ਕਰੀਏ ਅਗਲੇ ਟਾਇਰ ਟਰੈਕਟਰ ਦੇ ਬਿਲਕੁਲ ਨਿਊ ਨੇ ਤੇ ਮੰਗਲੇ ਟਾਇਰ ਟਰੈਕਟਰ ਦੇ 35-30 ਪੈਸੇ ਪਏ ਨੇ ਤੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫਲੋਕੇ ਕੋਈ ਕੰਪੀਸ਼ਨ ਕੋਈ ਪਾਰਟ ਚੇਂਜ ਨਹੀਂ ਹੋਇਆ ਕਰਪੇਅਰ ਨਹੀਂ ਭਾਲਦਾ ਤੇ ਬਾਡੀ ਚਾਸ ਦਰਾ ਮਗਰਾਟਾ ਰੰਗਸ ਨਾਲ ਦਾ ਕਿਤੇ ਵੀ ਦੁਬਾਰਾ ਰੰਗ ਪੇਟ ਨਹੀਂ ਹੋਇਆ ਹੋਇਆ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹ ਹੈ ਡਰਾਈਵ ਕਰਕੇ ਟਰੈਕਟਰ ਖੀਸਾ ਦੇਉ ਤੇ ਜੇ ਆਪਾਂ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 1,85,000 ਰੁਪਿਆ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਮਾਲਕ ਵੀਰ ਹੁਣੀਆਂ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਤੇਰੀ ਹੈਗੇ ਮਾਲਕ ਵੀਰ ਹੁਣੇ ਤਲਵੰਡੀ ਸਾਬੋ ਬਹੁ ਬਹੁ ਕਰਦੇ ਆਂ ਧੰਨਵਾਦ ਜੀ ਸਾਡੀ ਪੂਰੀ ਵੀਡੀਓ ਦੇਖਣ ਲਈ ਜਿਹੜਾ ਇਹ ਵੀ ਭਰਾ ਆਪਣੇ ਚੈਨ ਤੇ ਨਮਾ ਆਇਆ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲਟੇ ਕਰ ਦਿਓ ਸੈੱਟ ਤਾਂ ਕਿ ਨਵੇਂ-ਨਵੇਂ ਵੀਡੀਓ ਜਦੋਂ ਸੱਤ ਪਹੁੰਚਾਂ ਤੇ ਮਿਲਦੀਆਂ ਰਹਿਣ ਧੰਨਵਾਦ ਜੀ ਸਤਿ ਸ੍ਰੀ ਅਕਾਲ